ਕੀ ਤੁਸੀਂ ਅੱਜ ਰੋਡ ਜਾਮ ਕੀਤਾ ਕੀ ਕਾਰਨ ਆ ਕਾਰਨ ਸਾਡਾ ਇਹ ਹੈ ਕਿ 7 ਦਿਨਾਂ ਤੋਂ ਸਾਡੀ ਏਪੀ ਜਿਹੜੀ ਕਿ ਮੋਟਰਾਂ ਵਾਲੀ ਸਪਲਾਈ ਹੁੰਦੀ ਆ 7 ਦਿਨਾਂ ਦੇ ਵਿੱਚ 3 ਘੰਟੇ ਚੱਲੀ ਆ ਹੁਣ ਜਿਵੇਂ ਕਿ ਤੁਹਾਨੂੰ ਪਤਾ ਕਿੰਨੀ ਗਰਮੀ ਪੈ ਰਹੀ ਆ ਹਰੇਕ ਦੀ ਫਸਲ ਨੂੰ ਪਾਣੀ ਦੀ ਲੋੜ ਆ ਜੇ ਉਹਨਾਂ ਨੂੰ 2 ਦਿਨਾਂ ਦੇ ਵਿੱਚ ਵੀ ਪਾਣੀ ਨਾ ਲੱਗਿਆ ਤਾਂ ਹਰੇਕ ਦੀ ਫਸਲ ਸੁੱਕ ਜੂਗੀ ਤੋਂ ਅਸੀਂ ਐਸਡੀਓ ਸਾਹਿਬ ਨਾਲ ਵੀ ਗੱਲ ਕੀਤੀ ਆ ਜੈਕਸਨ ਸਾਹਿਬ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਕਿ ਸਾਨੂੰ ਪਿੱਛੋਂ ਪਾਵਰ ਕੱਟ ਦੇ ਮੈਸੇਜ ਆਈ ਜਾਂਦੇ ਆ ਪਟਿਆਲੇ ਤੋਂ ਅਸੀਂ ਉੱਥੇ ਪਟਿਆਲਾ ਕਾਲ ਕੀਤੀ ਤਾਂ ਉਹ ਕਹਿੰਦੇ ਸਾਡੇ ਨਹੀਂ ਕੋਈ ਮੈਸੇਜ ਨਹੀਂਗਾ ਵੀ ਪਾਵਰ ਕੱਟ ਲਾਓ ਸੋ ਤਾਂ ਕਰਕੇ ਸਾਨੂੰ ਲੱਗਿਆ ਵੀ ਇਹ ਤਾਂ ਸਾਨੂੰ ਮਿਸਗਾਈਡ ਕਰ ਰਹੇ ਆ ਜਾਂ ਮਿਸ ਸਾਡੇ ਆਪਸ ਦੇ ਵਿੱਚ ਸਹੀ ਸਾਨੂੰ ਲੱਗਿਆ ਨਹੀਂ ਕਿ ਵੀ ਇਹ ਸਾਨੂੰ ਜਾਣ ਕੇ ਗਲਤ ਜਾਣਕਾਰੀ ਦੇਈ ਜਾਂਦੇ ਸੋ ਤਾਂ ਕਰਕੇ ਅਸੀਂ ਰੋਡ ਜਾਮ ਕਰਤਾ ਹੋਰ ਸਾਡਾ ਕੋਈ ਮਤਲਬ ਨਹੀਂ ਕਿ ਅਸੀਂ ਕਿਸੇ ਵੀ ਆਮ ਪਬਲਿਕ ਨੂੰ ਤੰਗ ਕਰੀਏ ਅਸੀਂ ਤਾਂ ਕਰਕੇ ਰੋਡ ਜਾਮ ਕੀਤਾ ਕਿ ਕਿੰਨੇ ਦਿਨਾਂ ਤੋਂ ਲਾਈਟ ਮਤਲਬ ਕਿ ਖਰਾਬ ਹੋ ਰਹੀ ਹੈ ਤੁਹਾਡੀ ਫਸਲ 7 ਦਿਨ ਤੋਂ ਤਾਂ 3 ਘੰਟੇ ਚੱਲੀ ਆ ਜੀ ਉਦੋਂ ਪਹਿਲਾਂ ਯਾਨੀ ਕਿ ਮੌਸਮ ਖਰਾਬ ਸੀਗਾ ਉਦੋਂ ਕੋਈ 2-4 ਘੰਟੇ ਚੱਲ ਜਾਂਦੀ ਸੀ ਉਦੋਂ ਕੋਈ ਪਾਣੀ ਲਾਉਂਦਾ ਨਹੀਂ ਸੀਗਾ ਹੁਣ ਹਰੇਕ ਬੰਦੇ ਨੂੰ ਪਾਣੀ ਦੀ ਲੋੜ ਆ ਜਿਵੇਂ ਆਪਾਂ ਸਾਰਿਆਂ ਨੂੰ ਪੰਜਾਬ 'ਚ ਪਤਾ ਹੀ ਆ ਕਿ ਲਾਸਟ ਪਾਣੀ ਆ ਜੇ ਹੁਣ 2 ਦਿਨ ਪਾਣੀ ਨਾ ਲੱਗਿਆ ਤਾਂ ਫਸਲ ਸਾਡੀ ਉਹੀ ਖਰਾਬ ਹੋ ਜੂਗੀ ਫਿਰ ਸਾਨੂੰ ਬਿਜਲੀ ਦੀ ਲੋੜ ਹੀ ਨਹੀਂ ਗੀ ਉਸ ਤੋਂ ਬਾਅਦ ਅਸੀਂ ਬਿਜਲੀ ਉਹੀ ਬੰਦ ਕਰ ਦੇਣੀ ਮੋਟਰਾਂ ਦੀਆਂ ਸੁੱਚਾਂ ਹੀ ਕੱਟ ਦਿੰਦੇ ਹਾਂ ਹੁਣ ਤੁਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਆ ਕਿ ਸਾਡੀ ਜਲਦੀ ਤੋਂ ਜਲਦੀ ਲਾਈਟ ਚਾਲੂ ਕੀਤੀ ਜਾਵੇ ਜਦੋਂ ਲਾਈਟ ਚਾਲੂ ਹੋ ਜੂਗੀ ਅਸੀਂ ਰੋਡ ਸਾਫ਼ ਕਰ ਦਿਆਂਗੇ ਸਾਨੂੰ ਤਾਂ ਆਪ ਕੋਈ ਰੋਡ ਜਾਮ ਕਰਕੇ ਕੋਈ ਫਾਇਦਾ ਨਹੀਂ ਇਹਦਾ ਬੈਨੀਫਿਟ ਨਹੀਂ ਵੀ ਲਾਈਟ ਦੀ ਸਪਲਾਈ ਸਾਡੀ ਕੋਈ ਜਮਾਂ ਨਹੀਂ ਆ ਰਹੀ ਠੀਕ ਹੈ ਜਦੋਂ ਇੱਕ ਇਹਨਾਂ ਨੇ ਮੈਸੇਜ ਗਰੁੱਪ ਬਣਾਇਆ ਆ ਬਿਜਲੀ ਵਿਭਾਗ ਨੇ ਵੀ ਲਾਈਟ ਆ ਗਈ ਹੈ ਸਪਲਾਈ ਸਾਨੂੰ ਮੈਸੇਜ ਕਰ ਦਿੰਦੇ ਆ ਪਰ ਉਹਦੀ ਲਾਈਟ ਚੱਲ ਨਹੀਂ ਰਹੀ ਜੇ ਆ ਕੇ ਅਸੀਂ ਸਾਨੂੰ ਅੱਜ ਲਗਾਤਾਰ 4 ਦਿਨ ਹੋ ਗਏ ਆ ਐਸ ਡੀ ਓ ਸਾਹਿਬ ਨੂੰ ਆ ਕੇ ਮਿਲੇ ਅਸੀਂ ਵੀ ਸਾਡੀ ਲਾਈਟ ਨਹੀਂ ਚੱਲਦੀ ਸਾਨੂੰ ਇੱਥੇ ਇਹ ਕਹਿਣ ਦੇ ਲਾਰਾ ਲਾ ਕੇ ਵੀ ਤੁਸੀਂ ਅੱਜ ਤੁਹਾਡੀ ਸਪਲਾਈ 11:30 ਚਲਾ ਦਾਂਗੇ ਸਾਨੂੰ ਲਗਾਤਾਰ 4 ਦਿਨ ਹੋ ਗਏ ਅਸੀਂ ਡੇਲੀ ਡੇਲੀ ਆਉਂਦੇ ਸਾਨੂੰ ਕਦੀ 4 ਵਜੇ ਕਹਿੰਦੇ ਆ ਕਦੀ 11 ਵਜੇ ਕਹਿੰਦੇ ਕਦੀ 9:30 ਵਜੇ ਕਹਿੰਦੇ ਆ ਕਿਉਂਕਿ ਸਾਡੀ ਜਿਹੜੀ ਕਣਕ ਆ ਉਹ ਜਮ੍ਹਾਂ ਮੱਚੀ ਪਈ ਹੈ ਜੇ ਮੰਨ ਲਓ 2 ਦਿਨਾਂ ਉਹਨੂੰ ਪਾਣੀ ਨਾ ਲਾਇਆ ਜਾਊਗਾ ਅਤੇ ਜਦੋਂ ਇਹ ਸਪਲਾਈ ਦੇਣਗੇ ਆਪਦੀ ਮਰਜ਼ੀ ਨਾਲ ਉਦੋਂ ਉਹ ਲਾਈਟ ਸਾਡੀ ਕਣਕਾਂ ਨੂੰ ਅੱਗ ਲਾਊਗੀ ਕੋਈ ਪਾਣੀ ਨਹੀਂ ਲੱਗਣਾ ਸਾਡਾ ਕੀ ਕਿੰਨੇ ਪਿੰਡਾਂ ਦੀ ਇੱਥੇ ਸੰਗਤ ਬਰਾਮਦ ਹੈਗੀ ਹੈ ਇੱਥੇ 7 ਪਿੰਡਾਂ ਦੀ ਸੰਗਤ ਹੈ ਜਿਹੜੀ ਸਾਰੀ ਇੱਥੇ ਬੈਠੀ ਹੈ ਲਬਾਲੇ ਸਿੱਕਾ ਵਾਲੀ ਸਾਰੇ ਪਿੰਡ ਇੱਥੇ ਮੌਜੂਦ ਹੈ ਜੀ ਇੱਥੇ ਕਾਨੇ ਵਾਲੀ ਕੁੱਕਰੀਆਂ ਜੈਸੇ ਵਾਲਾ ਬੰਦੇ ਵਾਲਾ ਭੰਗੇ ਵਾਲਾ ਸਾਰੇ ਪਿੰਡ ਇੱਥੇ ਮੌਜੂਦ ਹੈ ਜੀ ਲਾਈਟ ਛੱਡਣ ਦੇ ਕਾਰਨ ਤਾਂ ਕਰਕੇ ਵੀ ਇੱਥੇ ਸਾਨੂੰ ਵੀ ਲਾਈਟ ਚੱਲੂਗੀ ਅਤੇ ਅਸੀਂ ਤਾਂ ਆਪਦੀਆਂ ਕਣਕਾਂ ਨੂੰ ਪਾਣੀ ਲਾ ਸਕਦੇ ਹਾਂ ਕੋਈ ਏਸੀ ਹੈ ਸਾਡਾ ਕੋਈ ਇਹ ਨਹੀਂ ਵੀ ਆਹ ਰੋਡ ਜਾਮ ਕਰ ਰਿਹਾ ਵੀ ਕਿਸੇ ਨੂੰ ਪਰੇਸ਼ਾਨ ਕਰਨਾ ਸਾਡਾ ਇਹ ਮਕਸਦ ਨਹੀਂ ਹੈ ਸਾਡਾ ਮਕਸਦ ਇਹ ਆ ਵੀ ਸਿਰਫ ਸਾਡੀ ਲਾਈਟ ਛੱਡੀ ਜਾਵੇ ਕਿਉਂਕਿ ਜਿਹੜੇ ਵੀ ਫਾਲਟ ਹੈਗੇ ਆ ਉਹਨਾਂ ਫਾਲਟਾਂ ਨੂੰ ਸਹੀ ਕੀਤਾ ਜਾਵੇ ਕਿਉਂਕਿ ਜਿਹੜੇ ਬਿਜਲੀ ਮਹਿਕਮੇ ਦੇ ਜਿਹੜੇ ਅਫਸਰ ਆ ਉਹ ਇੱਥੇ ਬੈਠੇ ਕਹਿੰਦੇ ਆ ਵੀ ਸਾਡਾ ਵੀ ਲਾਈਟ ਤੁਹਾਡੀ ਚੱਲ ਰਹੀ ਆ ਬਿਜਲੀ ਮਹਿਕਮੇ ਦਾ ਕੋਈ ਬੰਦਾ ਸਾਡੇ ਉੱਥੇ ਖੇਤਾਂ ਵਿੱਚ ਜਾ ਕੇ ਕਿਸੇ ਵੀ ਮੰਨ ਲਓ ਖੰਭਾ ਪੋਲ ਜਿਹੜਾ ਕੋਈ ਵੀ ਆਪਣਾ ਹੈਗਾ ਉੱਥੇ ਚੈੱਕ ਨਹੀਂ ਕਰ ਰਿਹਾ ਬਸ ਇਹ ਤੋਂ ਫਾਲਟ ਦਾ ਮੈਸੇਜ ਸਾਰਿਆਂ ਨੂੰ ਪਾ ਦਿੰਦਾ ਕਿਉਂਕਿ ਦੁਨੀਆ ਇੰਨੀ ਖਰਾਬ ਹੋ ਰਹੀ ਆ 7 ਪਿੰਡਾਂ ਦੇ ਬੰਦੇ ਜਿਹੜੇ ਇੰਨੇ ਖਰਾਬ ਹੋ ਰਹੇ ਆ ਸਾਨੂੰ ਅੱਕ ਕੇ ਇੱਥੇ ਆਉਣਾ ਪਿਆ 4 ਦਿਨਾਂ 'ਚ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਇੱਥੇ ਡੇਲੀ ਅਸੀਂ ਆਉਂਦੇ ਰਹੇ ਹਾਂ ਸਾਨੂੰ ਲਾਰਾ ਲੱਗਿਆ ਰਿਹਾ ਅੱਜ ਵੀ ਹੁਣ ਸਾਨੂੰ ਮੈਸੇਜ ਪੜਾ ਦਿਆ ਇਹ ਪਾਵਰ ਕੱਟ ਪਟਿਆਲੇ ਤੋਂ ਆ ਜੇ ਪਾਵਰ ਕੱਟ ਪਟਿਆਲੇ ਤੋਂ ਆ ਜਦੋਂ ਇਹ ਜਦੋਂ ਮੰਨ ਲਓ ਕੁੰਡੀਆਂ ਫੜਦੇ ਆ ਉਦੋਂ ਜਦੋਂ ਕਹਿੰਦੇ ਉਦੋਂ ਅਸੀਂ ਐਕਸ਼ਨ ਆਪ ਲੈ ਲੈਂਦੇ ਉਦੋਂ ਪਟਿਆਲੇ ਤੋਂ ਐਕਸ਼ਨ ਲੈ ਕੇ ਆਉਂਦੇ ਜਦੋਂ ਸਾਡੀਆਂ ਕੁੰਡੀਆਂ ਫੜਦੇ ਆ ਹੁਣ ਲਾਈਟ ਕਿਉਂ ਨਹੀਂ ਛੱਡਦੇ ਇਹਨਾਂ ਦੀ ਆਪਦੀ ਮਰਜ਼ੀ ਚੱਲੂਗੀ ਪਹਿਲਾਂ ਸਾਨੂੰ ਮੋਦੀ ਲੈ ਗਿਆ ਹੁਣ ਪੰਜਾਬ ਸਰਕਾਰ ਹੁਣ ਬਿਜਲੀ ਮਹਿਕਮਾ ਜੇ ਨਾ ਹੱਲ ਹੋਇਆ ਅਸੀਂ ਇੱਥੋਂ ਧਰਨਾ ਨਹੀਂ ਚੱਕਣਾ ਸਿੱਧਾ ਗੱਲ ਕਿਸਾਨ ਭਰਾਵਾਂ ਨੂੰ ਜੋ ਮੋਟਰਾਂ ਦੀ ਸਪਲਾਈ ਹੈ ਮਿਲਦੀ ਰਹੀ ਪਿਛਲੇ ਹਫ਼ਤੇ ਤੋਂ ਲਗਭਗ ਇਹਦਾ ਇੱਕ ਕਾਰਨ ਸੀ ਵੀ ਸਾਡੇ ਥਰਮਲ ਦੇ ਯੂਨਿਟ ਬੰਦ ਪਏ ਸੀ ਸਾਡੇ ਉਪਰਾ ਅਫਸਰਾਂ ਨਾਲ ਗੱਲ ਹੋ ਚੁੱਕੀ ਹੈ ਅੱਜ ਸ਼ਾਮ ਤੱਕ ਸਪਲਾਈ ਨੋਰਮਲ ਹੋ ਜੂਗੀ ਥਰਮਲਾਂ ਦੀ ਔਰ ਕੱਲ੍ਹ ਵਾਲੇ ਦਿਨ ਵਾਲੇ ਗਰੁੱਪ 'ਚ ਸਾਰੇ ਸਪਲਾਈ ਸਹੀ ਹੋ ਗਈ ਸਰ ਹੁਣ ਕਿਸਾਨਾਂ ਨੂੰ ਕੀ ਵਿਸ਼ਵਾਸ ਦਵਾਇਆ ਤੁਸੀਂ ਆਹੀ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਵੀ ਕੱਲ੍ਹ ਸਵੇਰ ਤੱਕ 9:30 ਤੱਕ ਸਾਰਿਆਂ ਨੂੰ ਬਿਜਲੀ ਮਿਲ ਜੂਗੀ जे तुहाड़े विच भी है लिखण दी इच्छा शक्ति जे तुहाड़े आले दुआले भी हो रहा है कुछ गलत जे तुसी भी चाहुंदे हो समाज च सुधार लेके आउणा तां सोचदे की हो अज ही जुड़ो वॉइस ऑफ पंजाब दे नाल वॉइस ऑफ पंजाब नूं पंजाब दे वख-वख शहरां च पत्रकारां दी लोड़ है साडे नाल इन्हां मोबाइल नंबरां ते संपर्क करो 9816400441 9787800870 ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡਾ ਈਮੇਲ ਆਈਡੀ ਹੈ voiceofpunjabtv@gmail.com